ते मु की परवाह हुंदी उस कुत्ते नु उस कुत्ते नु की परवाह हुंदी फौजी दे सिर दे साइयां दा हाथ होवे ਉਸ ਕੁੱਤੇ ਨੂੰ ਕੀ ਪਰਵਾਹ ਹੁੰਦੀ ਜਿਹਦੇ ਸਿਰ ਤੇ ਸਾਈਆਂ ਦਾ ਹੱਥ ਹੋਵੇ ਉਹ ਪਿੱਛੇ ਵੱਜਦੇ ਤੁਣਕਿਆਂ ਨਾਲ ਨੱਚੇ ਅਮਨੀਸ਼ਾ ਸਰਕਾਰ ਉਹ ਪਿੱਛੇ ਵੱਜਦੇ ਤੁਣਕਿਆਂ ਨਾਲ ਨੱਚੇ ਉਹ ਜਿਹਦੇ ਪਈ ਖਸਮਾਂ ਦੀ ਨੱਥ ਹੋਵੇ ਜਿਹਦੇ ਪੱਟੇ ਤੇ ਮੀਰਾ ਗੌਸ ਪਾਕ ਸਰਕਾਰ ਦਾ ਨਾਮ ਲਿਖਿਆ ਉਹਦਾ ਦੁਨੀਆ ਵਿੱਚ ਪ੍ਰਤੱਖ ਹੋਵੇ ਹੋ ਜਿੱਥੇ ਜੀ ਕਰਨਾ ਹੋਏ ਉੱਥੇ ਪਾ ਹੋ ਕੀ ਆਵੇ ਉਹ ਜਸੇ ਸ਼ੇਰਾਂ ਤੋਂ ਨਾ ਡੱਕ ਹੋਵੇ ਸ਼ਰੀਫ ਤੇਰੇ ਦਰਦਾਂ ਤੇ ਮੈਨੂੰ ਲੋਕ ਸਲਾਮਾਂ ਕਰਦੇ ਨੇ ਉਹ ਲੜ ਫੜਿਆ ਐਸੇ ਮੁਰਸ਼ਿਦ ਦਾ ਕਿ ਜਿਹਦਾ ਕੁਤਬ ਵੀ ਪਾਣੀ ਭਰਦੇ ਲੜ ਫੜਿਆ ਐਸੇ ਮੁਰਸ਼ਿਦ ਦਾ ਇੱਕ ਔਰਤ ਹੈ ਗਰੀਬ ਔਰਤ ਹੈ ਹਰ ਵੇਲੇ ਮੀਰਾਂ ਮੀਰਾਂ ਕਰਦੀ ਰਹਿੰਦੀ ਹੈ ਮੀਰਾ ਗੌਸ ਨੂੰ ਮੰਨਣ ਵਾਲੀ ਇੱਕ ਔਰਤ ਹੈ ਹਰ ਵੇਲੇ ਮੀਰਾਂ ਮੀਰਾਂ ਕਰਦੀ ਰਹਿੰਦੀ ਹੈ ਪਰ ਗਰੀਬ ਬਹੁਤ ਹੈ ਇੱਕ ਦਿਨ ਆਪ ਮੀਰਾ ਗੌਸ ਪਾਕ ਸਰਕਾਰ ਆਪਣੀ ਮੌਜ ਵਿੱਚ ਬੈਠੇ ਆਪ ਦਾ ਦਿਲ ਕੀਤਾ ਕਿ ਇਸ ਔਰਤ ਨੂੰ ਕੁਝ ਨਾ ਕੁਝ ਦੇ ਕੇ ਆਈਏ ਆਪ ਅਰਸ਼ੋ ਫਰਸ਼ ਤੇ ਆ ਗਏ ਫਕੀਰਾਂ ਵਾਲਾ ਰੂਪ ਬਣਾ ਲਿਆ ਪਾਟੇ ਕੱਪੜੇ ਪਾ ਲਏ ਅਰਸ਼ੋ ਫਰਸ਼ ਤੇ ਆ ਗਏ ਆਣ ਕੇ ਉਸ ਘਰ ਦਾ ਦਰਵਾਜ਼ਾ ਖੜਕਾਇਆ ਅੰਦਰ ਇੱਕ ਬਜ਼ੁਰਗ ਔਰਤ ਆਈ ਕਹਿੰਦੀ ਹਾਂਜੀ ਬਾਬਾ ਜੀ ਤੁਸੀਂ ਕੌਣ ਹੋ ਕਹਿੰਦੇ ਬੀਬੀ ਤੇਰੇ ਘਰ ਦਰਵੇਸ਼ ਆਇਆ ਜੋ ਤੇਰੇ ਕੋਲ ਰੁੱਖੀ ਮਿੱਸੀ ਸਾਡੀ ਝੋਲੀ ਵਿੱਚ ਪਾ ਦੇ ਅੱਜ ਤੈਨੂੰ ਇੰਨਾ ਕੁਝ ਦੇ ਕੇ ਜਾਣਾ ਤੇਰੀਆਂ ਸੱਤਾਂ ਪੁਸ਼ਤਾਂ ਤੱਕ ਨਹੀਂ ਮੁੱਕਣਾ ਕਹਿੰਦੀ ਬਾਬਾ ਜੀ ਤੁਸੀਂ ਮੈਨੂੰ ਕੀ ਦੇ ਸਕਦੇ ਹੋ ਤੁਹਾਡਾ ਤੇ ਆਪ ਇੰਨਾ ਮਾੜਾ ਹਾਲ ਹੈ ਕਹਿੰਦੇ ਬੀਬੀ ਕਦੀ ਫਕੀਰ ਦਾ ਇਮਤਿਹਾਨ ਨਹੀਂ ਲਈਦਾ ਪਤਾ ਨਹੀਂ ਗੋਦੜੀ ਵਿੱਚ ਕੀ ਲੈ ਕੇ ਤੁਰੇ ਫਿਰਦੇ ਮਨ ਦੇ ਵਿੱਚ ਲਾਲਚ ਆ ਗਿਆ ਆਪਣੀ ਕੁੱਲੀ ਦੇ ਵਿੱਚ ਗਈ ਜੋ ਰੁੱਖੀ ਮਿੱਸੀ ਲਿਆ ਕੇ ਜਨਾਬ ਦੀ ਝੋਲੀ ਵਿੱਚ ਪਾ ਦਿੱਤਾ ਜਨਾਬ ਬੜੇ ਖੁਸ਼ ਹੋਏ ਕਹਿੰਦੇ ਲੈ ਵੀਰ ਬੀਬੀ ਤੇਰੇ ਕੋਲ ਕੁਝ ਨਾ ਹੋਣ ਦੇ ਬਾਵਜੂਦ ਤੂੰ ਸਾਡੀ ਝੋਲੀ ਵਿੱਚ ਇੰਨਾ ਕੁਝ ਪਾਇਆ ਅਸੀਂ ਤੇਰੇ ਘਰ ਦੇ ਵਿੱਚੋਂ ਬਾਹਰ ਨੂੰ ਚੱਲੇ ਹਾਂ ਸਾਡੀ ਜੁੱਤੀ ਦੇ ਵਿੱਚੋਂ ਸੋਨੇ ਦੇ ਸਿੱਕੇ ਡਿੱਗਣੇ ਆ ਇੱਕ ਇੱਕ ਕਰਕੇ ਚੁੱਕੀ ਜਾਈ ਸ਼ਰਤ ਇੱਕੋ ਹੀ ਹੈ ਤੈਨੂੰ ਜਦੋਂ ਕਿਸੇ ਨੇ ਆਵਾਜ਼ ਦੇ ਦਿੱਤੀ ਸੋਨੇ ਦੇ ਸਿੱਕੇ ਉਦੋਂ ਬੰਦ ਹੋ ਜਾਣੇ ਆਪ ਮੀਰਾ ਗੌਸ ਪਾਕ ਸਰਕਾਰ ਨੇ ਜਦੋਂ ਉਸ ਘਰ ਦੇ ਵਿੱਚੋਂ ਬਾਹਰ ਨੂੰ ਪੈਰ ਪੁੱਟਿਆ ਆਪ ਦੀ ਜੁੱਤੀ ਦੇ ਵਿੱਚੋਂ ਸੋਨੇ ਦੇ ਸਿੱਕੇ ਡਿੱਗ ਰਿਹਾ ਔਰਤ ਇੱਕ ਇੱਕ ਕਰਕੇ ਚੁੱਕੀ ਜਾ ਰਹੀ ਹੈ ਝੋਲੀ ਦੌਲਤ ਨਾਲ ਭਰ ਗਈ ਸੋਨੇ ਦੇ ਸਿੱਕਿਆਂ ਨਾਲ ਭਰ ਗਈ ਪਿੰਡ ਦੇ ਵਿੱਚ ਇੱਕ ਬਜ਼ੁਰਗ ਨੇ ਆਵਾਜ਼ ਦਿੱਤੀ ਕਹਿੰਦੇ ਬੀਬੀ ਕੀ ਚੁੱਕੀ ਜਾਣੀ ਹੈ ਥੱਲੋਂ ਜਦੋਂ ਬੀਬੀ ਨੇ ਇੱਧਰ ਨਿਗਾਹ ਮਾਰੀ ਜਨਾਬ ਦਾ ਪਤਾ ਨਾ ਲੱਗਾ ਕਿੱਧਰ ਚਲੇ ਅੱਖਾਂ ਵਿੱਚ ਅਥਰੂ ਆ ਗਏ ਝੋਲੀ ਸੋਨੇ ਦੇ ਸਿੱਕਿਆਂ ਦੇ ਨਾਲ ਭਰੀ ਹੈ ਝੋਲੀ ਸੋਨੇ ਦੇ ਸਿੱਕਿਆਂ ਦੇ ਨਾਲ ਭਰੀ ਅੱਖਾਂ ਵਿੱਚ ਅਥਰੂ ਆ ਗਏ ਸੋਚਦੀ ਹੈ ਕਿ ਕੋਈ ਆਮ ਫਕੀਰ ਨਹੀਂ ਉਹ ਫਕੀਰ ਹੈ ਜਿਹਨਾਂ ਦਾ ਮੈਂ ਹਰ ਵੇਲੇ ਜ਼ਿਕਰ ਕਰਦੀ ਹਾਂ ਮੀਰਾ 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 ਸਰਕਾਰ ਦਾ ਨਾਰਾ ਮਾਰਿਆ ਨਾਰਾ ਮਾਰਿਆ ਤੇ ਕੀ ਕਹਿੰਦੀ ਹੈ ਸੋਨੇ ਦੇ ਸਿੱਕੇ ਚਾੜ ਦੇ 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 ਸੁੱਤੇ ਫਕੀਰ ਦੇ ਸੋਨੇ ਦੇ ਸਿੱਕੇ ਚਾੜ ਦੇ ਸੁੱਤੇ ਫਕੀਰ ਦੇ ਸੋਨੇ ਦੇ ਸਿੱਕੇ
درویش بن کے بیٹھا ہے تاڑی تاڑی لگا کے شیراں دے تھپڑ مار دے 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 کتے فقیر دے شیراں دے تھپڑ مار دے اللہ بھی عاشق ہو
مردے کون جگاؤندے سی مردے کون جگایا کردے سی میرا گاؤں پاک سا چھوٹی عمر دے وچ وی مردے جگا دیندے سی کیوں جگاؤندے سی آپ دے نانکے وی مردے جگاؤندے سی آپ دے دادکے وی مردے جگاؤندے سی گیارہویں والی سرکار دے نانکے بھی مردے جگاؤندے سی تے دادکے بھی مردے جگاؤندے سی انہاں نے اے کوتک کتے ہور نہیں سکھیا اپنے نانکے دادکے تو سکھیا جڑے پیر دی ٹھوکر دے نال مردے جگاؤندے سی کیوں کہندے مردے جگاؤنے جان دے مردے جگاؤنے جان دے ਸਿਕਾਲ ਜੀ ਇਹ ਵੀਡੀਓ ਕਿਦਾਂ ਦੀ ਲੱਗੀ ਲਾਈਕ ਕਰਕੇ ਦੱਸਿਓ ਕਮੈਂਟ ਕਰਕੇ ਦੱਸਿਓ ਐਸਆਰ ਮੀਡੀਆ ਬਹੁਤ ਹੀ ਖੂਬਸੂਰਤ ਚੈਨਲ ਹੈ YouTube ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਕਮੈਂਟ ਕਰ ਦਿਓ ਜ਼ਰੂਰ ਦੱਸਿਓ ਅਸੀਂ ਵੇਟ ਕਰਾਂਗੇ ਲਵ ਯੂ ਆਲ